ਇਹ ਜੀ, ਕੱਲ੍ਹ ਸਾਡੇ ਕੋਲ ਨਾ ਵੇਰਕਾ ਮਿਲਕ ਪਲਾਂਟ ਆ ਸਾਡੇ ਏਰੀਏ 'ਚ ਪੈਂਦਾ, ਉੱਥੋਂ ਪ੍ਰਤੇਸ਼ ਮਿਸ਼ਰਾ ਸੀ ਉਹਨਾਂ ਦੇ ਮਾਰਕੀਟਿੰਗ ਮੈਨੇਜਰ, ਉਹ ਆਏ ਸੀ ਕਿ ਉਹਨਾਂ ਨੇ ਇੱਕ ਡਿਸਟ੍ਰੀਬਿਊਟਰ ਸੀ ਜਿਹਦੀ ਗੱਡੀ ਸੀ ਅਮਨਦੀਪ ਸਿੰਘ, ਉਹਦੀ ਕੰਪਲੇਂਟ 'ਤੇ ਕਿ ਉਹਨੇ ਆਪਣੀ ਜਿਹੜੀ ਗੱਡੀ ਸੀ ਉਹ 'ਤੇ ਆਪਣੇ ਤਿੰਨ ਮੁੰਡੇ ਰੱਖੇ ਹੋਏ ਸੀ, ਇੱਕ ਡਰਾਈਵਰ ਸੀ ਅਤੇ ਦੋ ਹੈਲਪਰ ਸੀ, ਰਾਜਨ ਡਰਾਈਵਰ ਸੀ। ਇਹ ਕੀ ਕਰਦੇ ਸੀ ਕਿ ਜਦੋਂ ਦੁੱਧ ਜਿਹੜਾ ਆਪਾਂ ਲੈਂਦੇ ਹਾਂ ਵੇਰਕੇ ਦਾ ਪੈਕਟਸ ਵਾਲਾ, ਉਹ ਲੈ ਕੇ ਜਾਂਦੇ ਸੀ, ਇਹ ਅਲੱਗ ਤੋਂ ਪੈਕਟ ਲਗਾ ਕੇ ਨਾਲ ਲੈ ਜਾਂਦੇ ਸੀ ਅਤੇ ਉਹਨੂੰ ਦੋ ਨੰਬਰ 'ਚ ਵੇਚਦੇ ਸੀ, ਅਤੇ ਕੱਲ੍ਹ ਇਹਨਾਂ ਰੰਗੇ ਹੱਥੀ ਉਹ ਚੋਰੀ ਫੜ ਲਈ ਆ ਅਤੇ ਉਹਦੇ ਰਿਗਾਰਡਿੰਗ ਜਿਹੜੀ ਆ FIR ਸਾਡੇ ਥਾਣੇ ਦਰਜ ਹੋਈ। ਅਜੇ ਤਾਂ ਕੱਲ੍ਹ ਇਹਨਾਂ ਨੂੰ ਪੁੱਛਿਆ ਆ, ਜੇ ਰਿਮਾਂਡ ਲਿਆ ਲਵਾਂਗੇ ਅਤੇ ਜੋ ਵੀ ਆ ਫਰਦਰ ਇਨਵੈਸਟੀਗੇਸ਼ਨ ਉਹ ਬਾਅਦ 'ਚ ਸਾਹਮਣੇ ਆਏਗਾ। ਕੱਲ੍ਹ ਤਕਰੀਬਨ 104 ਪੈਕਟ ਇਹਨਾਂ ਦੇ ਕੋਲੋਂ ਮਿਲੇ ਸੀ, ਬਾਕੀ ਅਜੇ ਪੁੱਛਗਿੱਛ ਜਾਣੀ। ਇਹ ਲੜਕੇ ਆਪਣੇ ਲੋਕਲੀ ਵੇਰਕੇ ਦੇ ਰਹਿਣ ਵਾਲੇ, ਇੱਧਰ ਬੱਗੇ ਦੀ ਪੱਤੀ ਸਾਈਡ 'ਤੇ। ਨਹੀਂ ਵੇਖੋ, ਫਿਲਹਾਲ ਇਸ ਇਨਵੈਸਟੀਗੇਸ਼ਨ ਤੱਕ ਤਾਂ ਇਹ ਗੱਲ ਸਾਹਮਣੇ ਨਹੀਂ ਆਈ, ਫਰਦਰ ਹੁਣ ਅੱਜ ਰਿਮਾਂਡ ਲਵਾਂਗੇ, ਉਸ ਤੋਂ ਅੱਗੇ ਜੋ ਇਨਵੈਸਟੀਗੇਸ਼ਨ 'ਚ ਸਾਹਮਣੇ ਆਉਣਾ ਆ ਇਹ ਬਾਅਦ ਦੇ ਵਿੱਚ ਆਪਾਂ ਵੈਰੀਫਾਈ ਕਰਾਂਗੇ ਕੀ ਗੱਲ ਆ, ਕਿੰਨਾ ਇਹਨਾਂ ਨੇ ਕੀਤਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਰਲਿਆ ਕਿ ਨਹੀਂ, ਅੰਦਰੋਂ ਕਿਸੇ ਦੀ ਮਿਲੀ ਭੁਗਤ ਹੈਗੀ ਕਿ ਨਹੀਂ, ਇਹ ਚੀਜ਼ਾਂ ਫਰਦਰ ਇਨਵੈਸਟੀਗੇਸ਼ਨ 'ਚ ਸਾਹਮਣੇ ਆਉਣਗੀਆਂ। ਦੇਖੋ ਜੀ, ਇਹ ਦੁਕਾਨਦਾਰ ਜਿਹੜੇ ਚੋਰੀ ਦੇ ਪੈਕਟ ਹੈ ਬਾਅਦ ਵਿੱਚ ਆਪਣੇ ਕਿਸੇ ਨੂੰ ਸੇਲ ਕਰਦੇ ਸੀ, ਅੱਗੇ ਅੱਗੇ ਜਾ ਕੇ ਆਪਣੀ ਮਰਜ਼ੀ ਦੇ ਨਾਲ ਵੇਚਦੇ ਸੀ, ਜੇ ਉਸੇ ਨੂੰ ਵੇਚਦੇ ਹੁੰਦੇ ਤਾਂ ਹੋ ਸਕਦਾ ਗੱਲ ਪਹਿਲਾਂ। ਇਹ ਅੱਗੇ ਫਰਦਰ ਤੁਹਾਨੂੰ ਦੱਸਿਆ ਹੈਗਾ ਕਿ ਅੱਜ ਰਿਮਾਂਡ ਲੈ ਕੇ ਇਹਨਾਂ ਕੋਲ ਸਾਰੀ ਪੁੱਛਗਿੱਛ ਕਰਕੇ ਪ੍ਰੋਪਰ ਕਿਹਨਾਂ ਕਿਹਨਾਂ ਨੂੰ ਵੇਚਦੇ ਸੀ ਉਹ ਅੱਗੇ ਆਪਾਂ ਵੈਰੀਫਾਈ ਕਰਾਂਗੇ। ਠੀਕ ਹੈ।